ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਨੂੰ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਸ਼ਕਰੀ ਸ਼ਮਸ਼ਾਨ ਘਾਟ ਛੱਪੜ ਵਿੱਚੋਂ ਭਾਰੀ ਮਾਤਰਾ ਵਿੱਚ ਲਾਹਨ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਪਿੰਡ ਰਾਣੀ ਵਲਾ ਦੇ ਘਰ ਵਿੱਚ ਮਿੰਨੀ ਫੈਕਟਰੀ ਦਾ ਪਰਦਾ ਫਾਸ਼ ਹੋਇਆ। ਉਸ ਘਰੋਂ ਚਾਲੂ ਪੱਠੀ ਤੇ ਭਾਰੀ ਮਾਤਰਾ ਵਿੱਚ ਲਾਹਨ ਮਿਲੀ ਹੈ। ਇਸ ਦੇ ਨਾਲ ਹੀ ਪਿੰਡ ਲੱਗਦੇ ਬ੍ਰਹਮਪੁਰਾ ਦੇ ਪਿੰਡ ਹਵੇਲੀ ਵਿੱਚੋਂ ਵੀ ਲਾਹਨ ਤੇ ਸ਼ਰਾਬ ਬਰਾਮਦ ਹੋਈ ਹੈ। ਤਰਨ ਤਾਰਨ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਨੇ ਸਮਾਨ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਤੇ ਸਿਵਿਆਂ ਦੇ ਵਿੱਚੋਂ ਜਿਹੜੇ ਪਹਿਲਾਂ ਵੀ ਅਸੀਂ ਰੇਡ ਕੀਤਾ ਸੀ ਉਦੋਂ ਵੀ ਬਹੁਤ ਡਰੰਮ ਮਿਲੇ ਆ, ਹੁਣ ਵੀ ਲਾਹਨ ਦੇ ਡਰੰਮ ਬਹੁਤ ਜ਼ਿਆਦਾ ਮਿਲੇ ਆ ਇੱਥੋਂ। ਇਹ ਪਹਿਲਾਂ ਵੀ ਇਸੇ ਤਰ੍ਹਾਂ ਹੀ ਨਸ਼ਾ ਮੁਹੰਮਦ ਜਿਹੜੀ ਚਲਾਈ ਸੀ ਉਦੋਂ ਵੀ ਸਾਨੂੰ ਬਹੁਤ ਡਰੰਮ ਇੱਥੇ ਸਿਵਿਆਂ ਦੇ ਵਿੱਚੋਂ ਮਿਲੇ ਆ, ਸ਼ਮਸ਼ਾਨ ਘਾਟ ਤੋਂ ਸ਼ਕਰੀ ਪਿੰਡ 'ਚੋਂ। ਅਤੇ ਇਸੇ ਤਰ੍ਹਾਂ ਹੀ ਗਾਂ ਫਿਰ ਚੱਲਦੀ ਰਹੂਗੀ। ਅਤੇ ਨਾਲ ਸਾਈ ਵਿਭਾਗ ਨੇ ਜਿਹੜਾ ਸਾਂਝਾ ਰੇਡ ਕੀਤਾ ਜੀ, ਉਹ ਪਿੰਡ ਰਾਣੀ ਵਿਲਾਹ ਦੇ ਖਾਸ ਮੁਕਬਰ ਤੋਂ ਪਤਲਾ ਮਿਲੀ ਸੀ ਅਤੇ ਰਾਣੀ ਵਿਲਾਹ ਦੇ ਡੇਰੇ 'ਤੇ ਜਿਹੜਾ ਰੇਡ ਕੀਤਾ ਗਿਆ ਵਾ ਉੱਥੇ ਭਾਰੀ ਮਾਤਰਾ ਵਿੱਚ ਲਾਹਨ ਅਤੇ ਚਾਲੂ ਭੱਠੀ ਜਿਹੜੀ ਸ਼ਰਾਬ ਵੀ ਨਾਲ ਫੜੀ ਗਈ ਆ। ਇਹ 11 ਲੀਟਰ ਆ ਜੀ ਲਾਹਨ, 8-10 ਡਰੰਮ ਇੱਥੇ ਪਾਏ ਗਏ ਆ ਲਾਹਨ ਦੇ ਨਾਲ ਚਾਲੂ ਭੱਠੀ। ਇਹ ਸੁਖਦੇਵ ਸਿੰਘ ਸਨ ਆਫ ਮਹਿੰਦਰ ਸਿੰਘ ਜੀ, ਇਹ ਜੀ ਵਾਹਵਾ ਚਿਰ ਤੋਂ ਲੱਗੇ ਹੋਏ ਜੀ ਇਸੇ ਕੰਮ 'ਤੇ। ਇਹ 80-90 ਹਜ਼ਾਰ ਲੀਟਰ ਜਿਹੜੀ ਲਾਹਨ ਇੱਥੋਂ ਪ੍ਰਾਪਤ ਹੋਈ ਹੈ ਜੀ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।